ਨਾਨਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਸਰਜਨ ਡਾਕਟਰ ਜੋਤਦੀਪ ਸਿੰਘ ਵੱਲੋਂ ਬੀਤੀ 30 ਅਪ੍ਰੈਲ ਨੂੰ ਪਿੰਡ ਕੈਰੋਵਾਲ ਦੀ ਇੱਕ ਨੌਜਵਾਨ ਔਰਤ ਬਲਜੀਤ ਕੌਰ ਦਾ ਆਪਰੇਸ਼ਨ ਕਰਦੇ ਸਮੇਂ ਕਥਿਤ ਤੌਰ ਤੇ ਦੂਸਰੀ ਨਾੜੀ ਨੂੰ ਕੱਟ ਦਿੱਤੇ ਜਾਣ ਦਾ ਮਾਮਲਾ ਉਸ ਸਮੇਂ ਤੂਲ ਫੜ ਗਿਆ ਜਦੋਂ 2.5 ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਮਰੀਜ਼ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਅਤੇ ਦੂਸਰੇ ਪਾਸੇ ਸਿਹਤ ਵਿਭਾਗ ਵੱਲੋਂ ਵੀ ਅਜੇ ਤੱਕ ਡਾਕਟਰ ਵਿਰੁੱਧ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਨ ਤਾਰਨ ਵੱਲੋਂ 14 ਜੁਲਾਈ ਤੋਂ ਸਿਵਲ ਹਸਪਤਾਲ ਤਰਨ ਤਾਰਨ ਦੇ ਅੱਗੇ ਮੰਗਾਂ ਨਾ ਮੰਨੇ ਜਾਣ ਤੱਕ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਤਾਪ ਸਿੰਘ ਵਾਸੀ ਪਿੰਡ ਕੈਰੋਵਾਲ ਨੇ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ ਦੇ ਪਿੱਤੇ ਵਿੱਚ ਪੱਥਰੀ ਹੋਣ ਕਾਰਨ ਉਸ ਨੂੰ 29 ਅਪ੍ਰੈਲ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਕਤ ਸਰਜਨ ਡਾਕਟਰ ਜੋਤਦੀਪ ਸਿੰਘ ਨੇ 30 ਅਪ੍ਰੈਲ ਨੂੰ ਬਲਜੀਤ ਕੌਰ ਦੇ ਪਿੱਤੇ ਦੀ ਪੱਥਰੀ ਦਾ ਆਪਰੇਸ਼ਨ ਕਰਦੇ ਸਮੇਂ ਇੱਕ ਹੋਰ ਅੰਤੜੀ ਕੱਟ ਦਿੱਤੀ, ਜਿਸ ਕਰਕੇ ਬਲਜੀਤ ਕੌਰ ਦੀ ਹਾਲਤ ਵਿਗੜ ਗਈ। ਬਾਅਦ ਵਿੱਚ ਡਾਕਟਰ ਨੂੰ ਆਪਣੀ ਗਲਤੀ ਦਾ ਪਤਾ ਲੱਗਣ ਤੇ 2 ਦਿਨ ਹਸਪਤਾਲ ਵਿੱਚ ਰੱਖਣ ਤੋਂ ਬਾਅਦ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਮਰੀਜ਼ ਦੀ MRCP ਕਰਵਾਉਣ ਲਈ ਕਿਹਾ ਅਤੇ 15 ਦਿਨ ਦਾ ਸਮਾਂ ਦਿੱਤਾ। ਪਰੰਤੂ ਇਸ ਸਮੇਂ ਦੌਰਾਨ ਮਰੀਜ਼ ਦੀ ਹਾਲਤ ਹੋਰ ਵਿਗੜ ਗਈ, ਜਿਸ ਤੇ ਡਾਕਟਰ ਜੋਤਦੀਪ ਸਿੰਘ ਨੇ ਉਸ ਨੂੰ ਦੁਬਾਰਾ ਸਿਵਲ ਹਸਪਤਾਲ ਤਰਨ ਤਾਰਨ ਵਿੱਚ ਸੱਦਿਆ ਅਤੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਵਿੱਚੋਂ ਮਰੀਜ਼ ਦੀ MRCP ਕਰਵਾਉਣ ਲਈ ਕਿਹਾ ਅਤੇ ਰਿਪੋਰਟ ਦੇਖਣ ਤੋਂ ਬਾਅਦ ਡਾਕਟਰ ਜੋਤਦੀਪ ਸਿੰਘ ਨੇ ਬਲਜੀਤ ਕੌਰ ਨੂੰ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਡਾਕਟਰ ਅਨੁਮੀਤ ਗਰੋਵਰ ਪਾਸ ਰੈਫਰ ਕਰ ਦਿੱਤਾ। ਅਨੁਮੀਤ ਗਰੋਵਰ ਨੇ ਬਲਜੀਤ ਕੌਰ ਦੇ ਸਟੰਟ ਪਾਉਣ ਬਦਲੇ ਉਸ ਦੇ ਪਤੀ ਪਾਸੋਂ 18,000 ਰੁਪਏ ਲੈ ਲਏ ਅਤੇ ਹੋਰ ਦਵਾਈਆਂ ਵੀ ਬਾਹਰੋਂ ਮੰਗਵਾ ਲਈਆਂ, ਲੇਕਿਨ ਬਾਅਦ ਵਿੱਚ ਡਾਕਟਰ ਅਨੁਮੀਤ ਗਰੋਵਰ ਨੇ ਸਟੰਟ ਪੈਣ ਤੋਂ ਇਨਕਾਰ ਕਰ ਦਿੱਤਾ ਅਤੇ ਮਰੀਜ਼ ਦੇ ਵਾਰਿਸਾਂ ਨਾਲ ਕਾਫੀ ਬਹਿਸਬਾਜ਼ੀ ਤੋਂ ਬਾਅਦ ਸਿਰਫ 10,000 ਰੁਪਏ ਵਾਪਸ ਕਰ ਦਿੱਤੇ। ਉਨ੍ਹਾਂ ਦੱਸਿਆ ਕਿ MRCP ਵਿੱਚ ਸਾਫ਼ ਤੌਰ ਤੇ ਨਾੜ ਨੂੰ ਕੱਟ ਲੱਗੇ ਹੋਣ ਸੰਬੰਧੀ ਦਿੱਤੀ ਰਿਪੋਰਟ ਦੇ ਬਾਵਜੂਦ ਸਰਜਨ ਡਾਕਟਰ ਜੋਤਦੀਪ ਸਿੰਘ ਨੇ ਮਰੀਜ਼ ਦੇ ਵਾਰਿਸਾਂ ਨੂੰ ਸੱਚਾਈ ਨਹੀਂ ਦੱਸੀ ਅਤੇ ਖੱਜਲ ਖੁਆਰ ਕੀਤਾ ਜਾਂਦਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੁਣ ਵੀ ਮਰੀਜ਼ ਤੰਦਰੁਸਤ ਨਹੀਂ ਹੋਇਆ ਅਤੇ ਮਰੀਜ਼ ਦੀ ਜ਼ਿੰਦਗੀ ਖਤਰੇ ਵਿੱਚ ਪਈ ਹੋਈ ਹੈ, ਜਿਸ ਸੰਬੰਧੀ ਕਈ ਵਾਰ SMO ਅਤੇ ਸਿਵਲ ਸਰਜਨ ਤਰਨ ਤਾਰਨ ਨੂੰ ਮਿਲ ਕੇ ਇਨਸਾਫ਼ ਦੀ ਗੁਹਾਰ ਲਗਾਈ ਜਾ ਚੁੱਕੀ ਹੈ, ਪਰੰਤੂ ਅਜੇ ਤੱਕ ਸਿਹਤ ਵਿਭਾਗ ਨੇ ਕੋਈ ਸੁਣਵਾਈ ਨਹੀਂ ਕੀਤੀ। ਉਧਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕੁਲਵਿੰਦਰ ਸਿੰਘ ਕੈਰੋਵਾਲ ਨੇ ਕਿਹਾ ਹੈ ਕਿ ਜੇਕਰ 10 ਮਈ ਤੱਕ ਲਾਪਰਵਾਹੀ ਵਰਤਣ ਵਾਲੇ ਡਾਕਟਰ ਖਿਲਾਫ਼ ਕਾਰਵਾਈ ਨਾ ਕੀਤੀ ਗਈ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ 14 ਜੁਲਾਈ ਤੋਂ ਸਿਵਲ ਹਸਪਤਾਲ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ। ਇਸ ਸੰਬੰਧੀ ਜਦੋਂ ਤਰਨ ਤਾਰਨ ਦੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਮਨਦੀਪ ਸਿੰਘ ਭੱਡਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ, ਜਿਸ ਦੀ ਰਿਪੋਰਟ ਮੁਕੰਮਲ ਹੋਣ ਤੋਂ ਬਾਅਦ ਸਿਹਤ ਵਿਭਾਗ ਦੇ ਹੁਕਮਾਂ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਤਰਨ ਤਾਰਨ ਤੋਂ ਅਮਨਦੀਪ ਸੰਨੀ ਦੇ ਨਾਲ ਕੁਲਜੀਤ ਸਿੰਘ ਹਨੀ ਦੀ ਰਿਪੋਰਟ। ਮੇਰੇ ਦਰਦ ਬੜੀ ਹੁੰਦੀ ਸੀ ਅਤੇ ਮੈਂ ਫਿਰ ਸਿਵਲ ਹਸਪਤਾਲ 'ਚ ਗਈ ਅਤੇ ਉਹਨਾਂ ਨੂੰ ਵਿਖਾਇਆ ਸੀ ਕਿ ਮੇਰੇ ਦਰਦ ਹੁੰਦੀ ਅਤੇ ਉਹ ਅੱਗੋਂ ਕਹਿੰਦੇ ਕਿ ਤੈਨੂੰ ਕਿੱਦਾਂ ਪਤਾ ਤੇਰੇ ਦਰਦ ਹੁੰਦੀ, ਡਾਕਟਰ ਜੋਤਦੀਪ ਕਹਿੰਦੇ। ਫਿਰ ਮੇਰੇ ਤੋਂ 6 ਮਹੀਨੇ ਪਹਿਲਾਂ ਕੋਈ ਅਲਟਰਾਸਾਊਂਡ ਜਿਹਦੇ ਵਿੱਚ ਕੋਈ ਛੋਟੀਆਂ ਛੋਟੀਆਂ ਪੱਥਰੀਆਂ ਆਈਆਂ, ਮੈਂ ਫਿਰ ਉਹੀ ਜਾ ਕੇ ਵਿਖਾਤੀ ਅਤੇ ਉਹ ਫਿਰ 2-4 ਦਿਨ ਉਹਨਾਂ ਮੈਨੂੰ ਦਵਾਈ ਦਿੱਤੀ ਖਾਓ ਅਤੇ ਫਿਰ ਕਹਿੰਦੇ ਕਿ ਫਿਰ ਆਇਓ, ਫਿਰ ਕਹਿੰਦੇ ਕਿ ਤੁਹਾਡੇ ਦਰਦ ਹਟੀ, ਮੈਂ ਕਿਹਾ ਨਹੀਂ ਹਟੀ। ਫਿਰ ਮੈਂ ਟੈਸਟ ਲੈ ਕੇ ਦਿੱਤੇ ਅਤੇ ਕਹਿੰਦੇ ਕਰਵਾਓ ਵੀ ਤੁਹਾਡਾ ਆਪਰੇਸ਼ਨ ਹੋਣਾ ਵਾ, ਜਿੰਨੇ ਲਿਖ ਕੇ ਦਿੱਤੇ ਉਹਨਾਂ ਨੇ ਸਾਰੇ ਹੀ ਕਰਵਾ ਲਏ ਆ, ਬਸ ਅਲਟਰਾਸਾਊਂਡ ਨਹੀਂ ਉਹਨਾਂ ਲਿਖ ਕੇ ਦਿੱਤੀ, ਉਹ ਉਹਨਾਂ 6 ਮਹੀਨੇ ਪਹਿਲਾਂ ਤੇ ਕਰਵਾ ਲਈ ਹੈ। ਅਤੇ ਫਿਰ ਉਹਨਾਂ ਪਾਤੀ 29 ਤਰੀਕ ਵੀ ਤੁਹਾਡਾ ਆਪਰੇਸ਼ਨ ਹੋਵੇ, 29 ਤਰੀਕ ਨੂੰ ਗਏ ਸਾਰੀ ਦਿਹਾੜੀ ਬੈਠੇ ਰਹੇ, ਫਿਰ ਉਹ ਕਹਿੰਦੇ ਅੱਜ ਨਹੀਂ ਆਉਣਾ ਵੀ ਸਵੇਰੇ ਹੋਊਗਾ। ਫਿਰ ਸਵੇਰੇ 30 ਤਰੀਕ ਨੂੰ ਗਏ ਉਹਨਾਂ, ਜੋ 9 ਵਜੇ ਦਾ ਮੈਨੂੰ ਅੰਦਰ ਖੜਿਆ ਵਾ, 9 ਵਜੇ ਤੋਂ ਖੜਿਆ ਵਾ ਅਤੇ ਬੜਾ ਚਿਰ ਕਰਦੇ ਰਹੇ। ਫਿਰ ਜਿਹੜਾ ਵੀ ਮਾਸ ਆਉਣ ਵਾਲਾ ਟੀਕਾ ਲਵਾਉਂਦੇ ਰੀੜ ਦੀ ਹੱਡੀ 'ਚ, ਉਹ ਵੀ ਵੀ ਲੱਗ ਟੀਕੇ ਦੀ ਹੋਸ਼ ਆ ਗਈ, ਉੱਦਾਂ ਮੈਂ ਤੜਫਦੀ ਰਹੀ, ਉੱਦਾਂ ਹੀ ਮੇਰਾ ਆਪਰੇਸ਼ਨ ਕਰਦੇ ਰਹੇ। ਜੇ ਮੈਂ ਰੌਲਾ ਪਾਇਆ ਅੱਗੋ ਡਾਕਟਰ ਜੋਤਦੀਪ ਕਹਿੰਦਾ ਤੇਰੇ ਮੂੰਹ 'ਤੇ ਚਪੇੜ ਮਾਰਨੀ, ਚੁੱਪ ਕਰ ਰਹੇ, ਮੈਂ ਕਿਹਾ ਮੈਂ ਕਿੱਦਾਂ ਚੁੱਪ ਕਰ ਜਾ, ਮੇਰੇ ਦਰਦ ਹੋਣ ਡਈ ਆ। ਫਿਰ ਉਹਨਾਂ ਮੇਰੇ ਨਾੜ ਵਿੱਚ ਇੱਕ ਟੀਕਾ ਲਾਇਆ ਵਾ, ਉਹਦੇ ਨਾਲ ਮੈਨੂੰ ਥੋੜ੍ਹੀ ਜਿਹੀ ਸ਼ਾਂਤੀ ਹੋਈ ਆ। ਅਤੇ ਫਿਰ ਵਿੱਚ ਗੱਲਾਂ ਕਰਦੇ ਵੀ ਕਿ ਇਹ ਚੀਜ਼ ਕਿੱਥੋਂ ਸਿਮਣ ਡਈ, ਹੁਣ ਮੈਨੂੰ ਇਹ ਨਹੀਂ ਪਤਾ ਵੀ ਖੂਨ ਦੀਆਂ ਗੱਲਾਂ ਕਰਦੇ ਕਿ ਜਿਹੜਾ ਪਾਣੀ ਆਉਂਦਾ ਇਹਦੀਆਂ ਗੱਲਾਂ ਕਰਦੇ ਵੀ ਇਹ ਚੀਜ਼ ਕਿੱਥੋਂ ਸਿਮਣ ਡਈ ਆ। ਅਤੇ ਇੱਦਾਂ ਕਰਕੇ ਨਾ 5 ਘੰਟੇ ਮੇਰੇ ਪ੍ਰੈਸ਼ਰ ਨੂੰ ਲਾਏ ਵੀ ਤੇਜ਼ ਪ੍ਰੈਸ਼ਰ ਨੂੰ। ਹੁਣ ਕੀ ਪ੍ਰੋਬਲਮ ਆਉਣ ਡਈ ਤੁਹਾਨੂੰ ਇਸ ਟਾਈਮ? ਹੁਣ ਆ ਪਾਣੀ ਨਹੀਂ ਰੁਕਣ ਡਿਆ ਜਿਹੜਾ ਪੇਟ 'ਚ ਆਉਣ ਡਿਆ। ਅਤੇ ਤੁਸੀਂ ਇਹਦੀ ਸ਼ਿਕਾਇਤ ਕੋਲ ਵਗੈਰਾ ਕੀਤੀ ਤੁਹਾਡੇ ਪਰਿਵਾਰ ਨੇ ਪਹਿਲਾਂ? ਹਾਂਜੀ ਕੀਤੀ। ਕੀ ਮੰਗ ਕਰਦੇ? ਮੰਗ ਉਹ ਕਰਨ ਡਈ ਆ ਕਿ ਆ 3 ਮੇਰੀਆਂ ਬੇਟੀਆਂ ਵਾ, ਇੱਦਾਂ ਮੇਰਾ ਕਿੱਦਾਂ ਸਰੂ, ਕਿੰਨਾ ਕੁ ਰਿਸ਼ਤੇਦਾਰ ਸਾਨੂੰ, ਸੱਸ ਮੇਰੀ ਆਪ
ਵਿਚਾਰੀ ਬਾਹਰ ਵੀ ਕੰਮ ਕਰਦੀ ਘਰੇ ਵੀ ਕਰਦੀ ਆ ਹੁਣ ਇੱਦਾਂ ਮੇਰਾ ਕਿੱਦਾਂ ਵੀ ਸਰੂ ਮੰਜੀ ਦੀ ਪਿਓ ਮੇਰਾ ਨਾਂ ਸਰ ਪ੍ਰਤਾਪ ਸਿੰਘ ਪਿੰਡ ਕੈਰੋਵਾਲ ਡਿਸਟ੍ਰਿਕਟ ਤਰਨ ਤਾਰਨ ਅਤੇ ਮੇਰੀ ਵਾਈਫ ਬਲਜੀਤ ਕੌਰ ਪਿੰਡ ਕੈਰੋਵਾਲ ਜਿਨ੍ਹਾਂ ਦਾ ਕਿ 29 ਤਰੀਕ ਨੂੰ 29 ਅਪ੍ਰੈਲ 2022 ਨੂੰ ਡਾਕਟਰ ਜੋਤਦੀਪ ਵੱਲੋਂ ਐਡਮਿਟ ਕੀਤਾ ਗਿਆ ਸੀ ਅਤੇ 30 ਅਪ੍ਰੈਲ ਨੂੰ ਓਪਰੇਸ਼ਨ ਕੀਤਾ ਗਿਆ ਸੀ ਪਿੱਤੇ ਦਾ ਜਿਸ ਦੌਰਾਨ ਡਾਕਟਰ ਜੋਤਦੀਪ ਦੀ ਨਲਾਇਕੀ ਕਾਰਨ ਕਿ ਹੋਰ ਅੰਤੜੀ ਨੂੰ ਟੱਕ ਲੱਗਣ ਕਾਰਨ ਜਾਣੀ ਕਿ ਜੋ ਪਿੱਤੇ ਤੋਂ ਬਾਹਰ ਜਿਹੜੀ ਪੈਪ ਪਾਈ ਹੁੰਦੀ ਡਰੇਨ ਬਾਈਪਾਸ ਸਰਜਰੀ ਨੂੰ ਕਹਿ ਦਿੰਦੇ ਉਹ ਰਾਹੀਂ ਜਾਣੀ ਕਿ 3 ਦਿਨ ਲਾਹ ਦਿੱਤੀ ਜਾਂਦੀ ਆ ਪਰ ਡਾਕਟਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਵੀ ਇਹ 10-12 ਦਿਨ ਵੀ ਇਹਦੇ ਰਾਹੀਂ ਖੂਨ ਆ ਸਕਦਾ ਵਾ ਪਰ 10-12 ਦਿਨ ਬੀਜ ਜਾਣ ਦੇ ਬਾਅਦ ਵੀ ਇਹ ਡਰੇਨ ਜਾਣੀ ਕਿ ਡਰੇਨ ਆਊਟ ਨਹੀਂ ਕੀਤੀ ਗਈ ਫਿਰ ਸਾਨੂੰ ਇਹਨਾਂ ਘੱਲਿਆ ਵਾ ਆਪਣਾ 19 ਮਈ ਨੂੰ EMC ਹਸਪਤਾਲ ਅੰਮ੍ਰਿਤਸਰ ਜਿੱਥੇ ਕਿ ਇੱਕ ਡਾਕਟਰ ਅਨਮੀਤ ਗਰੋਵਰ ਆ ਜਿਹੜਾ ਗੈਸਟਰੋ ਸੈਂਟਰ ਆ ਆਪਣਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਕੋਲ ਘੱਲਿਆ ਗਿਆ ਡਾਕਟਰ ਵੱਲੋਂ ਸਾਨੂੰ ਕਿਹਾ ਗਿਆ ਵੀ ਤੁਹਾਡੀ 18,000 ਦੇ ਵਿੱਚ ਉੱਥੇ ਗੱਲ ਕੀਤੀ ਹੈ ਤੁਹਾਡਾ ਸਟੰਟ ਪੈ ਜਾਊਗਾ ਪਰ ਜਦੋਂ ਅਸੀਂ ਉੱਥੇ ਗਏ ਤਾਂ ਸਾਡੇ ਕੋਲ 500 ਰੁਪਈਆ ਪਹਿਲਾਂ ਫੀਸ ਲਈ ਉਹਨਾਂ ਅਨਮੀਤ ਗਰੋਵਰ ਵੱਲੋਂ ਅਤੇ 18,000 ਰੁਪਈਆ ਜਮ੍ਹਾਂ ਕਰਾਇਆ ਗਿਆ ਫਿਰ ਸਾਨੂੰ EMC ਭੇਜਿਆ ਗਿਆ ਅਤੇ ਜਿੱਥੇ ਕਿ ਸਾਨੂੰ ਰਾਤ 9 ਵਜੇ ਦੇ ਤਕਰੀਬਨ ਜਵਾਬ ਦਿੱਤਾ ਵੀ ਤੁਹਾਡਾ ਸਟੰਟ ਨਹੀਂ ਪਊਗਾ ਫਿਰ ਰਾਤ 11 ਵਜੇ ਸਾਨੂੰ ਵਾਪਸ ਭੇਜ ਦਿੱਤਾ ਗਿਆ ਜਿੱਥੇ ਕਿ ਸਾਡੀ ਖੱਜਲ ਖਰਾਬੀ ਹੋ ਕੇ ਸਾਡੇ ਪੈਸਿਆਂ ਦੀ ਵੇਸਟਿੰਗ ਹੋਈ ਅਤੇ ਗੱਡੀ ਵੀ ਅਸੀਂ ਕਿਰਾਏ ਦੇ ਕਰਕੇ ਖੜੀ ਪਰ ਫਾਇਦਾ ਸਾਨੂੰ ਇੱਕ ਪੈਸੇ ਦਾ ਨਹੀਂ ਹੋਇਆ ਫਿਰ ਅਸੀਂ ਉੱਥੋਂ ਆਪਣਾ ਬਾਬੇ ਨਾਲ ਹਸਪਤਾਲ MRCP ਕਰਾਈ ਜਿਹਦੀ ਰਿਪੋਰਟ ਵੇਖ ਕੇ ਵੀ ਡਾਕਟਰ ਨੇ ਕਿਹਾ ਕਿ ਕੋਈ ਪ੍ਰੋਬਲਮ ਨਹੀਂ ਆ ਪਰ ਹੁਣ ਅਸੀਂ ਜਦੋਂ ਸਾਡਾ ਇਲਾਜ ਚੱਲਣ ਡਿਆ ਸੀ ਬਾਬਿਆਂ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਹੁਣ MRCP ਕਰਾਈ ਆ ਜਾਣੀ ਕਿ ਹੁਣ 5-6 ਦਿਨ ਪਹਿਲਾਂ ਉਹਦੇ ਵਿੱਚ ਕਲੀਅਰ ਟੱਕ ਦਿਖਣ ਡਿਆ ਵਾ ਅਤੇ ਅਸੀਂ ਜਦੋਂ ਮੰਗ ਕਰਦੇ ਹਾਂ ਕਿ ਸਾਡੇ ਮਰੀਜ਼ ਦੀ ਜਾਨ ਨੂੰ ਇਹਨੇ ਵੀ ਖਤਰਾ ਪਾਇਆ ਆਪਣੀ ਨਲਾਇਕੀ ਕਾਰਨ ਅਤੇ ਸਾਨੂੰ ਬਹਾਨਾ ਇਨਸਾਫ ਦਵਾਇਆ ਜਾਵੇ ਅਤੇ ਡਾਕਟਰ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਡਾਕਟਰ ਕਿੱਥੇ ਤਨਾਤ ਹੈ ਇਸ ਵੇਲੇ ਡਾਕਟਰ ਜੀ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਤਨਾਤ ਆ 3 ਨੰਬਰ ਕਮਰੇ ਵਿੱਚ ਕੀ ਤੁਸੀਂ ਇਹਨਾਂ ਨੂੰ ਉਦੋਂ ਨਹੀਂ ਦੱਸਿਆ ਵੀ ਆਹ ਪ੍ਰੋਬਲਮ ਆਉਣ ਡਈ ਆ ਤੇ ਸਰ ਅਸੀਂ ਤਾਂ ਇਹਨਾਂ ਨੂੰ ਪਹਿਲੇ ਦਿਨ ਤੋਂ ਕਹਿੰਦੇ ਰਹੇ ਵੀ ਜਿਹੜੇ ਸਾਡੇ ਨਾਲ ਆਪਰੇਸ਼ਨ ਹੋਏ ਸੀ ਮਰੀਜ਼ਾਂ ਦੇ ਉਹਨਾਂ ਨੂੰ 3 ਦਿਨ ਛੁੱਟੀ ਮਿਲਦੀ ਰਹੀ ਅਸੀਂ ਕਹਿੰਦੇ ਰਹੇ ਵੀ ਸਾਡੇ ਨਾਲ ਕਿਉਂ ਇਸ ਤਰ੍ਹਾਂ ਹੋਣ ਡਿਆ ਵਾ ਸਾਨੂੰ ਗੁਮਰਾਹ ਇਹਨੇ ਕਰ ਛੱਡਿਆ ਕਿ ਤੁਹਾਡੇ ਵੀ ਆਪਣਾ ਆਪਣੇ ਸਰੀਰ ਦੀ ਬਣਤਰ ਹੁੰਦੀ ਹੈ ਕਿਸੇ 10 ਦਿਨਾਂ ਬਾਅਦ ਵੀ ਡਰੇਨ ਆਊਟ ਕਰਦੇ ਹਾਂ ਕਿਸੇ ਦੀ 1 ਮਹੀਨੇ ਬਾਅਦ ਵੀ ਕਰਦੇ ਹਾਂ ਇਹਨੇ ਸਾਨੂੰ ਅੱਜ ਤੱਕ ਗੁਮਰਾਹ ਕਰਕੇ ਸਾਡੇ 2.25 ਮਹੀਨੇ ਕੱਢ ਦਿੱਤੇ ਜਦੋਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਫਿਰ ਸਾਡੇ ਪ੍ਰਧਾਨ ਜੀ ਹੋਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਧਾਨ ਸਰਦਾਰ ਕੁਲਵਿੰਦਰ ਸਿੰਘ ਜੀ ਕੈਰੋਵਾਲ ਉਹਨਾਂ ਨਾਲ ਹੀ ਰਾਬਤਾ ਕਾਇਮ ਕੀਤਾ ਉਹਨਾਂ ਨੇ ਫਿਰ ਸਾਡੇ ਨਾਲ ਜਾ ਕੇ 2-4 ਕੁ ਮੀਟਿੰਗਾਂ SMO ਸਾਹਿਬ ਨਾਲ ਕੀਤੀਆਂ 2 ਸਿਵਲ ਸਰਜਨ ਤਰਨ ਤਾਰਨ ਮੈਡਮ ਸੀਮਾ ਜੀ ਨਾਲ ਕੀਤੀਆਂ ਅਤੇ ਉਸ ਤੋਂ ਬਾਅਦ 2-3 ਮੀਟਿੰਗਾਂ ਡਾਕਟਰ ਪੱਡਾ ਸਾਹਿਬ ਨਾਲ ਕੀਤੀਆਂ ਪਰ ਸਾਰੀਆਂ ਮੀਟਿੰਗਾਂ ਬੇਸਿੱਟਾਂ ਰਹੀਆਂ ਜਿਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਹੋਣਾ ਉਹਨੂੰ ਕੱਲ੍ਹ ਪਰਸੋਂ ਪ੍ਰਸ਼ਨ ਔਡ ਮੰਗ ਪੱਤਰ ਦਿੱਤਾ ਮੈਡਮ ਸਿਵਲ ਸਰਜਨ ਸੀਮਾ ਜੀ ਨੂੰ ਕਿ ਅਸੀਂ 10 ਤਰੀਕ ਤੁਹਾਡਾ 10 ਜੁਲਾਈ ਤੱਕ ਸਾਡਾ ਬਣਦਾ ਇਨਸਾਫ ਨਾ ਮਿਲਿਆ ਅਤੇ ਅਸੀਂ 14 ਜੁਲਾਈ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੋਨ ਬਾਬਾ ਬੁੱਢਾ ਸਿਵਲ ਪੱਕਾ ਮੋਰਚਾ ਸਿਵਲ ਤਰਨ ਤਾਰਨ ਲਵਾਂਗੇ ਇਸ ਵੇਲੇ ਕੀ ਸਿਚੁਏਸ਼ਨ ਆ ਤੁਹਾਡੀ ਵਾਈਫ ਦੀ ਅਤੇ ਕੀ ਚੱਲ ਫਿਰ ਸਕਦੇ ਆ ਸੁਚੇਤਨ ਸਰ ਤੁਸੀਂ ਵੇਖ ਹੀ ਸਕਦੇ ਜੇ ਕਿ ਆਪਾਂ ਹੁਣ ਦਿਹਾੜੀ ਦੇ ਵਿੱਚ ਜਾਂ ਰਾਤ ਸੌਣ ਵੇਲੇ 20-20 ਵਾਰੀ ਪਾਸੇ ਮਾਰਦੇ ਹਾਂ ਅਤੇ ਹੁਣ ਉਹ ਮਰੀਜ਼ ਨੂੰ ਵੇਖੋਗੇ ਉਹ ਇਸ ਤਰ੍ਹਾਂ ਸਿੱਧੇ ਹੀ 2.25 ਮਹੀਨੇ ਤੋਂ ਯਾਨੀ ਕਿ ਲੱਕ ਭਰਨਾ ਹੀ ਇੱਕ ਤਰਫਾ ਹੀ ਲੇਟੇ ਪਏ ਆ ਤੁਸੀਂ ਆਪ ਵੇਖ ਸਕਦੇ ਵੀ ਕਿੰਨਾ ਕੰਡੀਸ਼ਨ ਮਾੜੀ ਹੋਈ ਪਈ ਆ ਬੱਚੇ ਕਿੰਨੇ ਇਹਨਾਂ ਦੇ ਬੱਚੇ ਜੀ ਮੇਰੇ 3 ਬੇਟੀਆਂ ਜੀ ਹੈ ਕੌਣ ਦੇਖ ਰਿਹਾ ਉਹਨਾਂ ਨੂੰ ਹੁਣ ਸਰ ਇੱਕ ਤਾਂ ਉਹਨਾਂ ਦੀ ਦਾਦੀ ਜੀ ਆ ਇੱਕ ਉਹਨਾਂ ਦੀ ਨਾਨੀ ਜੀ ਆਈ ਆ ਪੂਰਾ ਉਹਨਾਂ ਨੂੰ 2.25 ਮਹੀਨੇ ਹੋ ਗਏ ਇੱਥੇ ਹੀ ਰਹਿਣ ਡਿਆ ਨੂੰ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਜੀ ਜੋ ਡਾਕਟਰ ਨੇ ਨਲਾਇਕੀ ਕੀਤੀ ਆ ਸਾਡੇ ਸਰ ਉਹਨਾਂ ਅੱਜ ਤੱਕ ਨੰਬਰ ਵੀ ਬਲੌਕ 'ਚ ਪਾਏ ਅੱਜ ਤੱਕ ਮਰੀਜ਼ ਉਹਨਾਂ ਹਾਲ ਨਹੀਂ ਪੁੱਛਿਆ ਵੀ ਕੀ ਹਾਲ ਜਾਂ ਹੈਗਾ ਕਿ ਨਹੀਂ ਹੈਗਾ ਅਸੀਂ ਚਾਹੁੰਦੇ ਹਾਂ ਕਿ ਉੱਥੇ ਜੋ ਬਣਦੀ ਕਾਨੂੰਨੀ ਕਾਰਵਾਈ ਕਰਕੇ ਤੁਹਾਨੂੰ ਇਨਸਾਫ ਦਵਾਇਆ ਜਾਵੇ ਮੈਂ ਕੁਲਵਿੰਦਰ ਸਿੰਘ ਕੈਰੋਵਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਧਾਨ ਮੇਰੇ ਪਿੰਡ ਦੇ ਸਰਦਾਰ ਪ੍ਰਤਾਪ ਸਿੰਘ ਜੀ ਉਹਨਾਂ ਦੀ ਜੋ ਵਾਈਫ 29 ਅਪ੍ਰੈਲ ਨੂੰ ਉਹਨਾਂ ਨੂੰ ਸਿਵਲ ਹਸਪਤਾਲ ਐਡਮਿਟ ਕਰਾਇਆ ਅਤੇ 30 ਅਪ੍ਰੈਲ ਨੂੰ ਉਹਨਾਂ ਦਾ ਪਿੱਤੇ ਦਾ ਆਪਰੇਸ਼ਨ ਹੋਇਆ ਆਪਰੇਸ਼ਨ ਦੇ ਦੌਰਾਨ ਡਾਕਟਰ ਜੋਤਦੀਪ ਦੀ ਅਣਗਹਿਲੀ ਕਾਰਨ ਵੱਢ ਟੱਕ ਲੱਗਾ ਅੰਤੜੀਆਂ ਨੂੰ ਅਤੇ ਉਹਦੇ ਨਾਲ ਜੋ ਆਪਾਂ ਜਿਹੜਾ ਮੈਡੀਕਲ ਹੈ ਉਹਦੇ ਵਿੱਚ ਡਰੇਨ ਆ ਦਿੰਦੇ ਉਹਨੂੰ ਬਾਈਪਾਸ ਇੱਕ ਪੈਪ ਲਾ ਦਿੰਦੇ ਜਿਹੜਾ ਫਾਲਤੂ ਖੂਨ ਨਿਕਲਦਾ ਪਰ ਅੱਜ ਉਹ 2.25 ਮਹੀਨੇ ਦੇ ਕਰੀਬ ਉਸੇ ਤਰ੍ਹਾਂ ਹੀ ਉਹ ਪੈਪ ਲੱਗੀ ਹੈ ਪਰ ਮਰੀਜ਼ ਦੀ ਜਿਹੜੀ ਹਾਲਤ ਆ ਉਹ ਆਪਰੇਸ਼ਨ ਦੇ ਟਾਈਮ ਤੋਂ ਵੀ ਅੱਜ ਜਿਹੜੀ ਉਹ ਮਾੜੀ ਹੋ ਚੁੱਕੀ ਆ ਵੇਖੋ ਸਰਕਾਰ ਜਿਹੜੀ ਉਹ ਢੰਡੋਰੇ ਪਿੱਟਦੀ ਆ ਕਿ ਅਸੀਂ ਸਭ ਕੁਛ ਜਿਹੜਾ ਉਹ ਚੇਂਜ ਕਰ ਦਿੱਤਾ
जिहड़ा चेंज होया वह अज तुहाडे सामने आ। तुसीं पेशेंट की हालत वेख सकते जे, क्योंकि जिहड़ा कोई पैसे वाला हुंदा वा वह तो पहले ही जिहड़ा प्राइवेट हस्पतालां दे चले जांदा, जिहड़ा मध्य क्रम है जिहनूं जरूरत हुंदी आ सरकारी सेवावां की, वह सरकार दे हस्पतालां बणियां की जिहड़ी आसरा लैंदा, पर आसरे की बजाए जदों ये ऑपरेशन जिहड़ा है उहदे कोलों वाधू टक्क लगण कारण उन्हें दूजे हस्पतालों के घला के इन्हें लुट कराई है 40 to 50 हज़ार रुपये के करीब। असी 14 जुलाई को सिविल हस्पताल धरने का प्रोग्राम लिखा जिदे अही मंग पत्र मेरे पिंड की इकाई मैडम सीमा दे आए हैं, तो जरा नहीं साड़ी कोई गल सुनी जाती तो फिर ये जरा मसला जिले को जाऊगा, सारा जिला उत्थे आऊगा तरन तारण सिविल हस्पताल च, जो उतों भी नहीं है इन्हों अखा खुल दियाँ तो फिर सारा सूबा जी लौट पी तो साडा सारा सूबा भी इतने आऊगा। हाँ जी, ये 30 अप्रैल कोई बलजीत कौर वाइफ ऑफ प्रताप सिंह का ऑपरेशन इस हस्पताल होया डॉक्टर जोतदीप सिंह द्वारा, उस संबंध में उन्होंने कोई कंप्लेंट दर्ज की है कि इस पेशेंट ठीक नहीं हो रहा, तो इस संबंध में इंक्वायरी चल रही है, जो भी यदा रिजल्ट आएगा वो अजे अंडर प्रोसैस है, ये बारे उसके बारे अभी डिटेल में जाके सारे बयान ले जा रहे हैं, तो जो भी सच ये सामने आएगा उसके अकॉर्डिंगली यदि फाइनल रिपोर्ट तैयार कर दी जाएगी। नवियां अते ताज़ा खबरां वेखण लई पंजाब A to Z न्यूज़ नू लाइक शेयर अते सबस्क्राइब करो।